ਸਤਿ ਸ਼੍ਰੀ ਅਕਾਲ ਜੀ, ਕਿਵੇਂ ਸਾਰੇ ਠੀਕ ਹੋ? ਅੱਜ ਆਪਾਂ ਤੁਹਾਡੇ ਵਾਸਤੇ ਫੇਸ਼ੀਅਲ ਲੈ ਕੇ ਆਏ ਹਾਂ ਕਿ ਕਿਹੜਾ ਫੇਸ਼ੀਅਲ ਆਪਣੀ ਸਕਿਨ ਲਈ ਵਧੀਆ ਔਰ ਜਿਹਨੂੰ ਬੋਇਜ਼ ਐਂਡ ਗਰਲਸ ਦੋਨੋਂ ਕਰ ਸਕਦੇ ਨੇ, ਪ੍ਰੋਫੈਸ਼ਨਲ ਫੇਸ਼ੀਅਲ ਹੈ। ਆਪਾਂ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਹਨੂੰ ਕਿਵੇਂ ਯੂਜ਼ ਕਰਨਾ ਔਰ ਕੀ ਸਟੈਪ ਨੇ ਇਸ ਫੇਸ਼ੀਅਲ ਦੇ ਵਿੱਚ। ਉਹਦੇ ਵਾਸਤੇ ਆਪਾਂ ਲਵਾਂਗੇ ਬਾਊਲ ਬਰੱਸ਼, ਰੋਜ਼ ਵਾਟਰ, ਸੀਜ਼ਰ, ਟਿਸ਼ੂ ਪੇਪਰ। ਬਾਊਲ ਦੇ ਵਿੱਚ ਪਾਣੀ ਲੈ ਕੇ ਆਪਾਂ ਇੱਕ ਨਾਲ ਟਿਸ਼ੂਜ਼ ਲੈਣੇ ਨੇ, ਹੈਂਡ ਲੈਣਾ, ਹੇਅਰ ਬੈਂਡ ਲੈਣਾ ਵਾ, ਔਰ ਫੇਸ਼ੀਅਲ ਤੁਸੀਂ ਦੇਖ ਲਓ ਇਹਦੇ ਵਿੱਚ ਕਿਹੜੇ ਕਿਹੜੇ ਸਟੈਪ ਹੈਗੇ ਆ ਅਤੇ ਕਿਵੇਂ ਕਰਨਾ। ਸਾਰਾ ਪ੍ਰੋਸੀਜਰ ਆਪਾਂ ਤੁਹਾਨੂੰ ਅੱਗੇ ਐਕਸਪਲੇਨ ਕਰ ਦਿੰਦੇ ਹਾਂ ਕਿੱਦਾਂ ਕਿੱਦਾਂ ਕਰ। ਪ੍ਰੋਫੈਸ਼ਨਲ ਫੇਸ਼ੀਅਲ ਇਹਦੇ 7 ਸਟੈਪ ਹੈਗੇ ਨੇ। ਫੇਸ ਕਲਿੰਜਰ, ਅਲੱਗ ਅਲੱਗ ਪ੍ਰੋਟੀਨ ਬਲੀਚ ਆ, ਆਹ ਜੈਲ ਆ, ਇੱਕ ਸੀਰਮ ਆ, ਅਲੱਗ ਅਲੱਗ 7 ਸਟੈਪ। ਮੈਂ ਤੁਹਾਨੂੰ ਸੀਰੀਜ਼ ਵਾਈਜ਼ ਦੱਸੂੰਗੀ ਕਿਵੇਂ ਕਰਨੇ ਆ ਔਰ ਇਹਦਾ ਰਿਜ਼ਲਟ ਕਿਵੇਂ ਦਾ। ਇਹਦਾ ਰਿਜ਼ਲਟ ਜਿਹੜਾ ਬਹੁਤ ਜ਼ਿਆਦਾ ਵਧੀਆ ਹੈ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਫੇਸ 'ਤੇ ਵਧੀਆ ਰਿਜ਼ਲਟ ਆਵੇ, ਮਤਲਬ ਆਪਾਂ ਕੋਈ ਫੰਕਸ਼ਨ ਅਟੈਂਡ ਕਰਨਾ, ਚਾਹੇ ਖੁਦ ਕੋਈ ਬ੍ਰਾਈਡਲ ਨੇ, ਕਿਸੇ ਦਾ ਅੰਗੇਜਮੈਂਟ ਦਾ ਫੰਕਸ਼ਨ ਹੈ, ਚਾਹੇ ਬੋਆਇਜ਼ ਨੇ ਚਾਹੇ ਗਰਲਸ ਨੇ, ਇਹ ਦੋਨੋਂ ਹੀ ਕਰ ਸਕਦੇ ਨੇ। ਮਤਲਬ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਬਾਕੀ ਇਹਨਾਂ ਦੇ ਰਿਜ਼ਲਟਸ ਜਿਹੜੇ ਬਹੁਤ ਵਧੀਆ, ਉਹਦੇ ਵਾਸਤੇ ਮੈਂ ਖੁਦ ਦੇ ਫੇਸ 'ਤੇ ਤੁਹਾਨੂੰ ਕਰਵਾ ਕੇ ਦਿਖਾ ਰਹੀ ਹਾਂ ਕਿ ਆਪਾਂ ਕਿਵੇਂ ਕਰਨਾ। ਜਦੋਂ ਆਪਾਂ ਫੇਸ਼ੀਅਲ ਕਰਨਾ, ਪਹਿਲਾਂ ਆਪਾਂ ਜਿਹੜੇ ਆਪਾਂ ਟਾਵਲ ਰੈਪ ਕਰ ਲੈਂਦੇ ਕਿ ਆਪਣੇ ਜਿਹੜੇ ਕੱਪੜੇ ਉਹ ਮਤਲਬ ਪਾਣੀ ਵਗੈਰਾ ਜਾਂ ਕੋਈ ਵੀ ਕਰੀਮ ਵਗੈਰਾ ਨਾ ਲੱਗੇ। ਜੇ ਤੁਸੀਂ ਖੁਦ ਵੀ ਯੂਜ਼ ਕਰਨਾ, ਤੁਸੀਂ ਇਸੇ ਤਰੀਕੇ ਨਾਲ ਕਰ ਸਕਦੇ ਹੋ, ਆਪਣੇ ਆਪ ਵੀ ਕਰ ਸਕਦੇ ਹੋ। ਫੇਸ਼ੀਅਲ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਹਰ ਕੋਈ ਅੱਜ ਕੱਲ੍ਹ ਆਪ ਹੀ ਫੇਸ਼ੀਅਲ ਕਰ ਲੈਂਦਾ। ਉਹਦੇ ਵਾਸਤੇ ਸਭ ਤੋਂ ਪਹਿਲਾਂ ਜੇ ਆਪਣੇ ਫੇਸ 'ਤੇ ਲਾਈਨਰ ਜਾਂ ਲਿਪਸਟਿਕ ਕੁਛ ਵੀ ਲੱਗਿਆ ਹੋਇਆ, ਜੇ ਆਪਾਂ ਬਾਹਰੋਂ ਆਏ ਤਾਂ ਆਪਾਂ ਇੱਕ ਵਾਰ ਡਸਟ ਰਿਮੂਵ ਕਰਾਂਗੇ ਫੇਸ 'ਤੇ, ਕਲੀਨਜ਼ਿੰਗ ਕਰਾਂਗੇ, ਉਸ ਤੋਂ ਬਾਅਦ ਆਪਾਂ ਜਿਹੜਾ ਫੇਸ਼ੀਅਲ ਉਹ ਸਟਾਰਟ ਕਰਾਂਗੇ। ਫੇਸ਼ੀਅਲ ਸਟਾਰਟ ਕਰਨ ਲਈ ਜਿਹੜਾ ਆਪਾਂ ਕਰ ਰਹੇ ਹਾਂ, ਆਪਣੇ ਨੇਲਸ ਵਗੈਰਾ ਕੱਟ ਹੋਣੇ ਚਾਹੀਦੇ, ਕੋਈ ਵੀ ਆਪਾਂ ਜਿਹੜੀ ਅਸੈਸਰੀ ਹੱਥ 'ਚ ਨਾ ਪਾਈ ਹੋਵੇ ਫਿੰਗਰ ਦੇ ਵਿੱਚ, ਕਿ ਆਪਣੇ ਫੇਸ 'ਤੇ ਨਾ ਟੱਚ ਕਰੇ, ਚਾਹੇ ਕਲਾਇੰਟ ਆ ਚਾਹੇ ਆਪਾਂ ਖੁਦ ਦੇ ਯੂਜ਼ ਕਰ ਰਹੇ ਹਾਂ, ਤਾਂ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਜੋ ਆਪਣਾ ਫੇਸ 'ਤੇ ਕੋਈ ਵੀ ਪ੍ਰੋਬਲਮ ਨਾ ਹੋਵੇ। ਤਾਂ ਉਹ ਸਭ ਤੋਂ ਪਹਿਲਾਂ ਹੁਣ ਆਪਾਂ ਲਵਾਂਗੇ ਫਸਟ ਸਟੈਪ, ਜਿਹੜਾ ਕਲਿੰਜਰ ਆ, ਇਹ ਜੈੱਲ ਬੇਸ ਦੇ ਵਿੱਚ ਹੈਗਾ ਔਰ ਇਹ ਆਲ ਸਕਿਨ ਟਾਈਪ ਫੇਸ਼ੀਅਲ ਆ। ਕੋਈ ਐ ਨਹੀਂ ਕਿ ਤੁਸੀਂ ਓਇਲੀ ਨੇ ਕਰਨਾ, ਡਰਾਈ ਨੇ, ਨੋਰਮਲ ਨੇ ਕਰਨਾ, ਜੇ ਸੈਂਸਿਟਿਵ ਆ ਕੋਈ ਵੀ ਕਰ ਸਕਦਾ, ਕਿਉਂਕਿ ਇਹਦੇ ਵਿੱਚ ਕੋਈ ਗ੍ਰੈਨੂਲਸ ਨਹੀਂ ਹੈਗੇ ਜਿਹੜੇ ਤੁਹਾਡੀ ਸਕਿਨ ਨੂੰ ਇਫੈਕਟ ਕਰਨਗੇ ਜਾਂ ਕਿਸੇ ਸਕਿਨ 'ਤੇ ਪਿੰਪਲਸ ਨੇ, ਕੋਈ ਪ੍ਰੋਬਲਮ ਨਹੀਂ। ਬਟ ਇਹਦਾ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆ, ਮੈਨੂੰ ਸਭ ਤੋਂ ਵਧੀਆ ਫੇਸ਼ੀਅਲ ਇਹ ਲੱਗਦਾ। ਉਸ ਤੋਂ ਬਾਅਦ ਇੱਕ ਹੋਰ ਫੇਸ਼ੀਅਲ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੀ ਜਿਹੜੇ ਜਿਹੜੇ ਫੇਸ਼ੀਅਲ ਆਪਾਂ ਯੂਜ਼ ਕਰਦੇ ਹਾਂ। ਮੈਨੂੰ ਕਾਫੀ ਸਾਰੀਆਂ ਵੀਡੀਓਜ਼ ਦੇ ਵਿੱਚ ਕਮੈਂਟ ਆ ਰਹੇ ਸੀ ਕਿ ਦੀਦੀ ਤੁਸੀਂ ਮੇਰੀ ਸਕਿਨ ਬਾਰੇ ਵੀ ਕੁਛ ਦੱਸੋ, ਸਕਿਨ ਕੇਅਰ ਬਾਰੇ, ਮਤਲਬ ਫੇਸ਼ੀਅਲ ਬਾਰੇ ਦੱਸੋ ਕਿ ਜਿਵੇਂ ਹੁਣ ਵੈਡਿੰਗ ਦਾ ਸੀਜ਼ਨ ਆ ਰਿਹਾ ਵਾ, ਫੰਕਸ਼ਨਸ ਆ ਰਹੇ ਨੇ, ਅਸੀਂ ਕਿਹੜਾ ਫੇਸ਼ੀਅਲ ਕਰੀਏ, ਕਿਹੜਾ ਫੇਸ਼ੀਅਲ ਸਾਡੇ ਵਾਸਤੇ ਬੈਸਟ ਹੈਗਾ। ਤਾਂ ਮੈਂ ਤਾਂ ਕਰਕੇ ਮੈਂ ਸੋਚਿਆ ਚਲੋ ਵੀ ਆਪਾਂ ਤੁਹਾਡੇ ਨਾਲ ਫੇਸ਼ੀਅਲ ਦੀ ਵੀਡੀਓ ਵੀ ਸ਼ੇਅਰ ਕਰ ਦਿੰਦੇ ਹਾਂ। ਅਤੇ ਹੁਣ ਆਪਾਂ ਜਿਹੜਾ ਫਸਟ ਸਟੈਪ ਕਰ ਲਿਆ, ਫਸਟ ਜਿਹੜਾ ਸਟੈਪ ਆ ਉਹ ਆਪਾਂ 3 ਤੋਂ 4 ਮਿੰਟ ਕਰਨਾ, ਅਤੇ ਉਹਨੂੰ ਹਮੇਸ਼ਾ ਵਾਟਰ ਟੱਚ ਲੈ ਕੇ, ਪਾਣੀ ਦਾ ਟੱਚ ਲੈ ਕੇ ਕਰਨਾ ਵਾ। ਉਹਦੇ ਜਿਹੜਾ ਕਲਿੰਜਰ ਹੁੰਦਾ ਕਦੇ ਆਪਾਂ ਸਕਿਨ ਦੇ ਵਿੱਚ ਅਬਜ਼ਰਵ ਨਹੀਂ ਕਰਾਉਣਾ। ਸੈਕਿੰਡ ਸਟੈਪ ਹੈਗਾ ਇਹਦੇ ਵਿੱਚ ਪ੍ਰੋਟੀਨ ਜੈੱਲ, ਐਂਡ ਇਹਦੇ ਵਿੱਚ ਇੱਕ ਆਹ ਜੈੱਲ ਆਉਂਦੀ ਹੈ, ਜੈੱਲ ਹੈ, AHA ਜੈੱਲ ਨੂੰ ਆਪਾਂ ਪ੍ਰੋਟੀਨ ਬਲੀਚ ਦੇ ਵਿੱਚ ਮਿਕਸ ਕਰਕੇ ਕਰਨਾ। ਸੈਕਿੰਡ ਸਟੈਪ ਔਰ ਥਰਡ ਜਿਹੜਾ ਸਟੈਪ ਆ, ਆਪਾਂ ਉਹਨਾਂ ਨੂੰ ਮਿਕਸ ਕਰਕੇ ਬ੍ਰਸ਼ ਦੇ ਹੈਲਪ ਦੇ ਨਾਲ ਫੇਸ 'ਤੇ ਲਗਾਵਾਂਗੇ। ਲਾਈਕ ਇਹ ਪ੍ਰੋਟੀਨ ਬਲੀਚ ਹੁੰਦੀ ਹੈ, ਫੇਸ ਤੋਂ ਟੈਨ ਵਗੈਰਾ ਉਹਨੂੰ ਰਿਮੂਵ ਕਰਦੀ ਆ, ਜਿਹੜੇ ਆਪਾਂ ਬਲੀਚ ਆਪਾਂ ਕਹਿੰਦੇ ਦੂਸਰੀ ਨਹੀਂ ਕਰਦੇ। ਅਤੇ ਇਹਦੇ ਵਿੱਚ ਜਿਹੜੀ ਇਹ ਬਲੀਚ ਹੈ ਟੈਨ ਨੂੰ ਰਿਮੂਵ ਕਰੂਗੀ, ਜਿਵੇਂ ਆਪਾਂ ਨੂੰ ਦਾ ਸਕਿਨ 'ਤੇ ਹੇਅਰ ਬਲੈਕ ਉਹ ਬਰਾਊਨ ਨਾ ਹੋਣ, ਸਾਨੂੰ ਔਡ ਲੱਗਦੇ ਆ, ਬਹੁਤ ਕਲਾਇੰਟ ਨੂੰ ਜਿਹੜੀ ਆ ਬਲੀਚ ਨਹੀਂ ਵਧੀਆ ਲੱਗਦੀ। ਤਾਂ ਤੁਸੀਂ ਇਹਦੇ ਵਿੱਚ ਇੱਕ ਪ੍ਰੋਟੀਨ ਬਲੀਚ ਆਉਂਦੀ ਆ ਉਹ ਕਰ ਸਕਦੇ ਹੋ, ਉਹ ਮਤਲਬ ਫੇਸ਼ੀਅਲ ਦਾ ਇੱਕ ਸਟੈਪ ਆ। ਉਹਦੇ ਤੋਂ ਡਰਿਓ ਨਾ ਕਿ ਪਤਾ ਨਹੀਂ ਫੇਸ 'ਤੇ ਕੀ ਹੋ ਜੂਗਾ, ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਸੀਂ ਉਹਨੂੰ 5 to 7 ਮਿੰਟ ਤੱਕ ਆਪਣੇ ਫੇਸ 'ਤੇ ਲਗਾ ਕੇ ਛੱਡ ਦੇਣਾ। ਜਦੋਂ ਉਹ ਡਰਾਈ ਹੋ ਗਈ ਫਿਰ ਆਪਾਂ ਉਹਨੂੰ ਹਲਕੀ ਜਿਹੀ ਮਸਾਜ ਦੇ ਕੇ ਫਿਰ ਆਪਾਂ ਉਹਨੂੰ ਕਲੀਨ ਕਰਾਂਗੇ, ਅਤੇ ਇਹਨੂੰ ਲਗਾ ਕੇ ਆਪਾਂ ਛੱਡਾਂਗੇ, ਇਹਦੇ ਸੁੱਕਣ ਤੱਕ ਆਪਾਂ ਵੇਟ ਕਰਨੀ ਆ। ਹੁਣ ਆਪਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਆਪਾਂ ਵਾਟਰ ਟੱਚ ਲੈ ਕੇ ਆਪਾਂ ਇਹਦੀ ਮਸਾਜ ਕਰਾਂਗੇ 1 to 2 ਮਿੰਟ। ਦੈਨ ਆਪਾਂ ਨੂੰ ਜਿਹੜਾ ਕਿ ਰਿਮੂਵ ਕਰਨਾ ਵੀ ਸੌਖਾ ਹੋ ਜੂਗਾ, ਅਤੇ ਆਪਾਂ ਫਿਰ ਇਹਨੂੰ ਜਿਹੜਾ ਟਿਸ਼ੂ ਪੇਪਰ ਨਾਲ ਜਿਹੜਾ ਵਾਈਪ ਆਫ ਕਰ ਦਾਂਗੇ। ਜੋ ਵੀ ਸਪੌਂਜ ਯੂਜ਼ ਕਰ ਰਹੇ ਹੋ, ਟਿਸ਼ੂ ਯੂਜ਼ ਕਰ ਰਹੇ ਹੋ, ਘਰ ਦੇ ਵਿੱਚ ਤੁਸੀਂ ਕਿਹੜੀ ਵੀ ਚੀਜ਼ ਯੂਜ਼ ਕਰ ਰਹੇ ਹੋ ਕਰ ਸਕਦੇ ਹੋ। ਤਾਂ ਇਹ ਫੇਸ਼ੀਅਲ ਜਿਹੜੇ ਬੈਸਟ ਆ, ਜਿਵੇਂ ਹੁਣ ਵੈਡਿੰਗ ਸੀਜ਼ਨ ਆ ਰਿਹਾ, ਅੱਗੇ ਓਕੇਜ਼ਨਲ ਆ ਰਹੇ ਨੇ ਨਾ, ਕਿ ਆਪਾਂ ਕਿਸੇ ਤਿਉਹਾਰ 'ਤੇ ਜਾਣਾ, ਅਤੇ ਆਪਾਂ ਨੂੰ ਤਾਂ ਆਪਾਂ ਕਿਹੜਾ ਫੇਸ਼ੀਅਲ ਕਰੀਏ ਜਿਹਦਾ ਰਿਜ਼ਲਟ ਵੀ ਆਪਾਂ ਨੂੰ ਮਿਲੇ, ਅਤੇ ਇਹ ਫੇਸ਼ੀਅਲ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਹੈ। ਜੇ ਕੋਈ ਬਲੀਚ ਕਰਦਾ ਤਾਂ ਉਹਦੇ ਵਾਸਤੇ ਵੀ ਬਹੁਤ ਵਧੀਆ, ਬਲੀਚ ਕਰਕੇ ਤੁਸੀਂ ਇਹ ਫੇਸ਼ੀਅਲ ਕਰ ਸਕਦੇ, ਇਹਦੇ ਨਾਲ ਕਾਫੀ ਵਧੀਆ ਰਿਜ਼ਲਟ ਜਿਹੜੇ ਮਿਲਦੇ ਨੇ। ਅਤੇ ਜਦੋਂ ਵੀ ਫੇਸ਼ੀਅਲ ਕਰਨਾ ਧਿਆਨ ਰੱਖਿਓ ਕਿ ਮਤਲਬ ਆਈਜ਼ ਵਗੈਰਾ ਦੇ ਵਿੱਚ ਨਾ ਜਾਵੇ, ਮੂੰਹ 'ਚ ਨਾ ਜਾਵੇ, ਇਹਨਾਂ ਚੀਜ਼ ਦਾ ਧਿਆਨ ਰੱਖੋ ਜੇ ਤੁਸੀਂ ਖੁਦ ਦੇ ਵੀ ਕਰ ਰਹੇ ਹੋ ਜਾਂ ਕਿਸੇ ਦੇ ਵੀ ਫੇਸ਼ੀਅਲ ਜਿਹੜਾ ਕਰ ਰਹੇ ਹੋ। ਅਤੇ ਬਾਅਦ ਵਿੱਚ ਜਦੋਂ ਇਹ ਸਟੈਪ ਆਪਣਾ ਕੰਪਲੀਟ ਹੋ ਗਿਆ, ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਅੱਗੇ 4th ਸਟੈਪ, ਕਿਉਂਕਿ ਜਿਹੜਾ ਸੈਕਿੰਡ ਅਤੇ 3rd ਸਟੈਪ ਸੀ ਉਹ ਆਪਾਂ ਮਿਕਸ ਕਰਕੇ ਹੀ ਲਗਾ ਦਿੱਤੇ ਸੀ। ਹੁਣ ਆਪਣਾ 4th ਸਟੈਪ ਆ ਗਿਆ, ਜੈੱਲ ਆਏਗੀ ਵੀ, ਰੇਡੀਅੰਸ ਜੈੱਲ, ਇਹਦੀ ਆਪਾਂ ਮਸਾਜ ਕਰਨੀ।
अपने मतलब सैल्स होंगे वो रिपेयर होंगी है, डेड स्किन रिमूव होंगी है। जो आप स्किन की केयर करा तो ही अपनी स्किन ग्लोइंग होगी। खाण पीन बहुत फर्क पैंदा, बट कई बार अपन जी एक्सटरनली केयर है वह भी करनी जरूरी होंगी है। जिन्हें किसी के पिंपल्स होंगे ने, ब्लैमिशिज होंगे ने, तो वह कदम भी यह ना सोचो कि असं फेशियल करवावे साड़िया ये चीज़ा दूर हो जाएगियाँ। कदम भी पिंपल्स ज ब्लैमिशिज पिगमेंटेशन कोई भी थोड़ी स्किन से चीज़ है वो फेशियल के नाल दूर नहीं होंगी। फेशियल जस्ट एक डेड स्किन रिमूव होंगी है, टैन रिमूव होंगी है, सैल रिपेयर होंगे ने, मतलब एक अपने फेस की मसाज होंगी है। इदों बद कुछ नहीं होंगे, जो अपने फेस की मसाज होगी तो ऐटोमैटिक ग्लो आ जाता वा। बट ये कई क्लाइंट साढ़े को आते कि सानू पिंपल्स ने, साडे फेस से दाग ने, तुसीं फेशियल कर दो, तो प्लीज़ उहदे नाल कुछ नहीं होंगे। तो उन्होंने कई पार्लर सैलून वाले कह भी देंगे उनके 5000 का फेशियल करवा लो हट जाएंगे। मैं तो फ्रैंकली कह दिनी है कि इन चीज़ों का फर्क नहीं पैंदा, जे तुसी वधिया खाओगे पियोगे तो वह चीज़ों ही तुहानू जिहड़ा इफेक्ट मिलेगा, वधिया वधिया रिजल्ट्स मिलेंगे। तो जो आप फेशियल करवाने वह मेन मोटिव होंगे कि आप रिलैक्स हो जाने, घर च किन्नी टेंशन होंदिया ने, आपां नूं चलो आप फेशियल करवा लें यार किसी तो, है ना, खुद की किट होए आप भी किसी को बुला के करवा लें, जिद आप रिलैक्स होने अपना माइंड रिलैक्स हो जाता। जो आप घंटा रिलैक्स होंगे तो अपना फेस जो ऐटोमैटिक ग्लो कर लग जाता। तो ये जो स्टैप जो अपन वधिया मिल जाए मसाज के, तो उदों वध के नज़ारा आ जाता वा। तो पहला जो फेशियल करते उवें आप फेशियल नहीं करना, चपेड़ा मार मार के बहुत प्यार ना, बहुत नॉर्मली प्रैशर पॉइंट्स दब दब के फेशियल करना कि क्लाइंट ज खुद भी जो आप कर रहे हैं तो अपन रिलैक्स लगे, आप मतलब फ्री माइंडेड होकर फेशियल करना। तो हुण इस तो बाद आऊगा ये सीरम, जिहड़ा एक कच की डब्बे च हुंदा, जिवें अपना इंजैक्शन हुंदा उस टाइप दा हुंदा। तो आपां सीरम जिहड़ा वा 5 to 6 ड्रॉप्स लैके अपना फेस ते जिहड़ी है 2 to 3 मिनट दी मसाज करनी आ। इह टीका नहीं है, कोई इह नहीं कि सिरिंज नाल लगाउण लग जाओ, इहदे विच इक सीरम आउंदा वा, ते जिहड़ा आपां फेस ते 5 to 6 ड्रॉप्स लैके आपां उहदी मसाज करनी आ। ते मसाज करदे तक आपां नूं पता चलण लग जांदा कि इहदा रिजल्ट। इह आपां जदों करोगे तुसीं परसनली यूज़ करके देखियो एक बार जरूर मेरे कहण ते, तुहानू खुद नूं यूज़ करके पता चल जाएगा इहदा फेशियल दा रिजल्ट किन्ना वधिया। मतलब सारियां चीज़ां, सारियां क्रीम्स जैल जिहड़े प्रोफेसनली आ, कोई ऐ नहीं कि आपां कहदे डुप्लीकेट आ कि यार इहदी फ्रैगनेंस नहीं वधिया, ज़्यादा टैक्सचर नहीं वधिया, जां ऑयली स्किन ते होगा कि ड्राई ते होगा, इहो जिहा चक्कर कोई नहीं हैगा। तुसीं किसी भी तरह की स्किन ते कर सकते हो। जे आपां इहदी मसाज आप चंगी तरह मसाज करांगे, जिहड़ा प्रोडक्ट अपनी स्किन दे विच अबजर्व हो जाए। इस तो बाद आप लैनी है क्रीम, मसाज क्रीम जिहड़ा मेन स्टैप हुंदा फेशियल दा। जो भी आप मसाज क्रीम नाल मसाज करते हैं फेस से, तो उन्होंने आप 20 मिनट तक करना, तो अपन वधिया तरीके नाल जिहड़े मतलब प्रैशर पॉइंट्स मिलन, अपने वधिया स्टैप होन, आप रिलैक्स होइए। फेशियल नूं सिर्फ इत्थों तक ही ना सीमित रखिया करो कि साडे फेस ते ग्लो आ जाए। फेशियल करवाण लगे तुसीं आप ही फीलिंग्स लैके आया करो कि असीं रिलैक्स होना आए हाँ, तो असीं रिलैक्स होना। कई क्लाइंट्स फेशियल दे विच मतलब ग्लो दे चक्कर दे विच जिहड़ा थोड़ा आउणा हुंदा उह वी नहीं आउंदा, जो टेंशन लई जांदे आ हाए साडे फेस ते ग्लो आऊगा, ग्लो आऊगा, ग्लो आऊगा। ग्लो ऐटोमैटिक आऊगा जदों तुसीं रिलैक्स हो गए, टेंशन नूं दिमाग 'च दूर भेज दो। ये नहीं कि फेशियल करवा रहे तो जल्दी करो भी, जल्दी करो असी घर जाना, जल्दी करो असी घर जाना, उमें फेशियल का ग्लो बिल्कुल नहीं आता। तुसीं ऐ देखो, तुहानूं पता चल दू करदे करदे भी इहदा काफ़ी फर्क पै जाता, इंस्टेंटली ग्लो आता है। बाकी जो आप प्रैशर पॉइंट्स वधिया मिलते हैं, मतलब मसाज वधिया हुंदी आ, तो ऐटोमैटिक अपना ग्लो आ जाता। मैं तुहानूं बार बार कह रही हाँ, इहदे च 7 स्टैप आउंदे ने, इहदे च अलग अलग भी आउंदे ने। एक इहदे सिल्वर का भी आता वा, ब्राइडल वाला भी आता वा, और गोल्ड वाला भी आता। बट मैंने सारे यूज़ किए, मैनूं सब तो वधिया गोल्ड वाला फेशियल लगता। इहदा ब्रांड का नाम मैं तुहानूं दोबारा फिर दस दिनी हाँ, अरोमा ब्लॉसम कोचर है, गोल्ड का फेशियल, गोल्ड फेशियल है अरोमा ब्लॉसम कोचर, सब तो वधिया फेशियल है, प्रोफेसनल फेशियल है। बस इन करना ध्यान ना, तुम बार बार जो आप क्रीम भी कर रहे हैं, क्रीम के वाटर टच नहीं लैना। क्रीम च जे लैना की जरूरत पई तो थोड़ा जहा रोज़ वाटर का टच लै सकते हो, पानी का टच नहीं लैना, क्योंकि जिन्ना भी फेशियल है ये पानी की जरूरत बिल्कुल नहीं पैंदी। सिर्फ क्लीनजर वेले जा क्लीन करने वेले लैना वा, उस तो बिना ये कोई भी वाटर टच नहीं लैना, क्योंकि ये जड़ा वा अपने आप ही ऑयल की पानी की मात्रा सब कुछ हैगा। सिर्फ इनू मसाज करी जानी है, मसाज के नाल थोड़ी स्किन अबजर्व हो जाऊगा, आपे पेनीट्रेट हो जाना वा। और इनू दोनों यूज़ कर सकते हैं, बॉयज़ भी गर्ल्ज़ भी, जिन्ना ने भी करवाना वा, किसी की मैरिज है, किसी ने मैरिज अटेंड करनी है, सब तो वधिया फेशियल हैगा। तो तुसी हुण वीडियो नू वध तो वध शेयर जरूर करना। आप लास्ट ये पैक लगा दिता, पैक नू आप 10 to 15 मिनट तक ड्राई होने देना, फिर आप क्लीन करना। तो हुण आप पिछली वीडियो जिन्ना ने आपां नू सही आंसर दिता सी वह कमेंट के आप उन्हां नाल ना बोलांगे। तो इस वीडियो के विच तुसी मैनू इस फेशियल का नाम लिख के
दसना कि मैं इस फेशियल का की नाम लिया सीगा, ते फिर जिहड़े कमेंट सही होए अपन नैक्सट वीडियो में उन्होंने नाम लवेंगे और उन्होंने स्क्रीनशॉट भी मैनशन करांगे। अपना पैक ड्राई हो गया तो आप जो पैक हूँ क्लीन कर दिता, तो तुसी वीडियो नू वध तो वध शेयर जरूर करियो। तो जिहड़ा क्वेश्चन मैं पुट किया है कि तुसी मैनू फेशियल का नाम दसना और ये की काम करता, यह चीज़ दसनी है। वीडियो सुनने तो बाद पता चल जाएगा कि एक ये की फंक्शनस ने और यदा नेम की है। तो हम जो आप क्लीन करांगे उस तो बाद आप कोई भी सीरम थोड़े को फेस सीरम ज मॉइस्चराइजर वो लगा सकते हो। कोई प्रीकॉशनस नहीं होंगे कि तुम की लगाना की नहीं लगाना, एवं का कुछ नहीं हूँ। जिदा मर्जी जाओ जिदा मर्जी आओ, बट थोड़ा जहा धुप तो ध्यान रखे करो, डस्ट तो ध्यान रखो, होर फेस वॉश या कुछ भी यूज़ करो, कुछ किदा मर्जी करो। ये नहीं है कि तुम दो दिन मूँह ही नहीं धोना, एवं का कुछ नहीं हूँ। इंसटेंटली फेशियल का ग्लो आते हैं, बाकी खुश रहा करो, हैल्दी खाया करो, अपने आप ही फेस से ग्लो आन लग जाता। और जिहड़ियां मेरी भैन भरावां की प्रॉब्लम है कि ब्लैमिशिज ने पिंपल्स ने, तो मैं तुहानूं फिर एक बार कहनी है कि कदे भी फेशियल दे नाल पिंपल या ब्लैमिश रिमूव नहीं हुंदियां, वो अपने इंटरनली प्रॉब्लम्स हुंदियां ने। उहदे वास्ते वधिया डाइट लो, वधिया खाओ, प्रोटीन फाइबर विटामिनस सारे प्रॉपर मात्रा च लाओ। तो हुण यूट्यूब ते रमन जोत ब्राड ए के ऑफिशियल ते मनवीर रितिका रॉकी गर्ग जस्सी जुवराज एंड गीतू गर्ग और उस तो बाद गीतू गर्ग, हाँ जी ये ने। और डी एस इंडियन फूड सरां जस्सी